ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਬੀਜੇਪੀ ਲੀਡਰਾਂ ਨੂੰ ਘੇਰਿਆ। ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ, ਸੁਨੀਲ ਜਾਖੜ ਅਤੇ ਮਨਪ੍ਰੀਤ ਬਾਦਲ ਨੇ ਕਦੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ। ਇਸ ਦੌਰਾਨ ਸੀਐਮ ਮਾਨ ਨੇ ਕੇਂਦਰ ਨੂੰ ਵੀ ਕੋਸਿਆ, ਕਿਹਾ ਕਿ ਕੇਂਦਰ ਨੇ ਪੰਜਾਬ ਦਾ ਹੱਕ ਮਾਰਿਆ। ਇਸ ਮੌਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ 'ਚ ਮਜ਼ਬੂਤ ਕਰਨ। ਹੁਣ ਕਿਹੜੇ ਮੂੰਹ ਨਾਲ ਆ ਕੇ ਇੱਥੇ ਵੋਟਾਂ ਮੰਗਣਗੇ ਬਈ? ਕੈਪਟਨ ਅਮਰਿੰਦਰ ਕੀ ਕਰ ਰਿਹਾ ਉੱਥੇ? ਉਹ ਕਦੇ ਬੋਲਿਆ ਪੰਜਾਬ ਦੇ ਹੱਕ 'ਚ? ਭਾਜਪਾ 'ਚ ਜਾ ਕੇ ਜਾਖੜ ਬੋਲਿਆ ਕਦੇ? ਮਨਪ੍ਰੀਤ ਬਾਦਲ ਬੋਲਿਆ ਕਦੇ? ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਬਾਰੇ ਥੋੜ੍ਹਾ ਜਿਹਾ ਵੀ ਬੋਲ ਪੈਣ? ਅਤੇ ਇਕੱਲਾ ਮੈਂ ਹੀ ਹਾਂ, ਹਰ ਰੋਜ਼ ਲੜਦਾ ਰਹਿੰਦਾ ਉਹਨਾਂ ਨਾਲ। ਕਦੇ ਕਦੇ ਗਵਰਨਰ ਨਾਲ ਲੜਾਈ ਹੋ ਗਈ, ਉਹ ਕਹਿੰਦਾ ਮੈਂ ਆਹ ਨਹੀਂ ਤੈਨੂੰ ਕੰਮ ਕਰਨ ਦਿੰਦਾ, ਫਿਰ ਸੁਪਰੀਮ ਕੋਰਟ ਜਾਂਦਾ ਮੈਂ। ਕਦੇ ਮੇਰੀ ਸੈਂਟਰਾਂ ਨਾਲ ਲੜਾਈ ਹੋ ਜਾਂਦੀ ਹੈ। ਮੰਡੀਆਂ ਦਾ ਪੈਸਾ ਰੁਕ ਰੱਖਿਆ 5500 ਕਰੋੜ ਰੁਪਈਆ ਮੰਡੀਆਂ ਦਾ ਅਤੇ ਸੜਕਾਂ ਦਾ, ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ। ਅਸੀਂ ਤਾਂ ਕਾਨੂੰਨ ਵੀ ਬਦਲਤਾ, ਹੁਣ ਵੀ ਨਹੀਂ ਦਿੰਦੇ। ਫਿਰ ਕੈਪਟਨ ਸਾਹਿਬ, ਤੁਸੀਂ ਕਾਹਦੇ ਤਜਰਬੇਕਾਰ ਸੀ ਬਈ? ਤੁਸੀਂ ਇੰਨਾ ਪੈਸਾ ਰੁਕਵਾ ਕੇ ਰੱਖਤਾ ਉੱਥੇ ਗਲਤ ਫੈਸਲੇ ਲੈ ਕੇ, ਬੋਲੋ ਹੁਣ ਫਿਰ ਉੱਥੇ। ਸੋ ਹੁਣ ਤਾਂ ਮੈਨੂੰ ਤਾਂ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ, ਮੈਂ ਰਾਤ ਦੇ 2-2 ਵਜੇ ਤੱਕ, ਵੀਰੋ 4 ਮੰਤਰੀ ਆਉਂਦੇ ਹੁੰਦੇ ਸੀ, 4 ਮੀਟਿੰਗਾਂ ਹੋਈਆਂ, ਰਾਤ ਦੇ 2-2 ਵਜੇ ਤੱਕ ਮੈਂ ਨਾਲ ਬਹਿੰਦਾ ਸੀ ਕਿ ਜੇ ਗੱਲ ਨਿਬੜ ਜੇ। ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਂਦੇ ਹੋ, ਆ ਹੁਣ 120 ਲੱਖ ਮੀਟ੍ਰਿਕ ਟਨ ਕਣਕ ਦੇਊਂਗਾ ਜੀ, 130 ਦੇਸ਼ ਨੂੰ, ਔਰ 210 ਲੱਖ ਮੀਟ੍ਰਿਕ ਟਨ ਚੌਲ ਦਿੰਦੇ ਹਾਂ ਜੀ, ਔਰ ਚੌਲ ਆਪਣੀ ਖੁਰਾਕ ਨਹੀਂ ਹੈਗੀ, ਇਸ ਕਰਕੇ 99% ਤਾਂ ਦੇਸ਼ ਨੂੰ ਦਿੰਦੇ ਹਾਂ। ਅਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜਾਂਦੇ ਹੋ ਮਾਲ ਗੱਡੀਆਂ 'ਚ ਭਰ ਕੇ, ਅਤੇ ਜੇ ਉਸੇ ਕਣਕ ਨੂੰ ਅਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜਾਈਏ ਥੋੜ੍ਹਾ ਜਿਹਾ, ਸਾਡੇ ਭਾਅ ਥੋੜ੍ਹੇ ਜਿਹੇ ਠੀਕ ਕਰ ਦਿਓ ਫਸਲਾਂ ਦੇ, ਉਦੋਂ ਤੁਸੀਂ ਤਾਰਾਂ ਲਾ ਲੈਂਦੇ ਹੋ ਹਰਿਆਣੇ ਵਾਲੇ ਬਾਰਡਰ 'ਤੇ ਅਤੇ ਗੋਲੀਆਂ ਚਲਾਉਂਦੇ ਹੋ, ਅਥਰੂ ਗੈਸ ਦੇ ਗੋਲੇ ਛੱਡਦੇ ਹੋ। ਇਹ ਗਲਤ ਗੱਲ, ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜੂੰਗਾ, ਪਰ ਮੈਨੂੰ, ਮੈਂ ਤੁਹਾਡੇ ਕੋਲ ਆਇਆ, ਮੈਂ ਲੜੂੰਗਾ, ਮੇਰੀ ਲੜਾਈ 'ਚ ਕੋਈ ਕਮੀ ਨਹੀਂ ਰਹੂਗੀ। ਪਰ ਜੇ ਮੈਨੂੰ ਤੁਸੀਂ 13 ਹੱਥ ਜਿਹੜੇ ਇੱਦਾਂ ਮੁੱਠੀ ਬਣ ਕੇ ਪਾਰਲੀਮੈਂਟ 'ਚ ਇਨਕਲਾਬ ਦਾ ਨਾਰਾ ਲਾ ਦੇਣ, ਅਤੇ 13 ਜ਼ੁਬਾਨਾਂ ਜਿਹੜੀਆਂ ਪੰਜਾਬ ਦੇ ਹੱਕਾਂ ਵਾਸਤੇ ਪਾਰਲੀਮੈਂਟ 'ਚ ਬੋਲਣ, ਉਹ ਮੈਨੂੰ ਦੇ ਦੋਗੇ, ਤਾਂ ਮੇਰਾ ਥੋੜ੍ਹਾ ਜਿਹਾ ਵਜ਼ਨ ਘੱਟ ਜੂਗਾ, ਅਤੇ ਮੈਂ ਪੰਜਾਬ ਨੂੰ 3 ਸਾਲ ਉਹ ਤੋਂ ਬਾਅਦ ਆਪਣੇ ਸਰਕਾਰ ਦੇ, ਇਸੇ ਸਰਕਾਰ ਦੇ ਰਹਿੰਦੇ ਨੇ, 3 ਸਾਲਾਂ 'ਚ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਜਦੋਂ ਪੋਲੀਟੀਕਲ ਸ਼ਕਤੀ ਹੋਵੇ, ਜਦੋਂ ਮੈਨੂੰ ਮੇਰੇ ਦਿਮਾਗ ਤੋਂ ਇਹ ਬੋਝ ਲੈ ਗਿਆ ਕਿ ਭਾਈ ਲੋਕਾਂ ਨੇ ਮੇਰੇ ਕੰਮਾਂ 'ਤੇ, ਭਗਵੰਤ ਮਾਨਾ ਤੇਰੇ ਕੰਮਾਂ 'ਤੇ ਇਮਾਨਦਾਰੀ 'ਤੇ ਮੋਹਰ ਲਾਤੀ, ਲੈ ਹੁਣ ਹੋਰ ਤੁਗਣਾ ਤਿਗਣਾ ਹੋ ਕੇ ਕੰਮ ਕਰ, ਮਜ਼ਾ ਲੈ ਕੇ 1 ਰੁਪਈਆ ਵੀ ਸੈਂਟਰ ਸਾਡਾ ਉੱਥੇ ਰੱਖ ਜੇ, ਜਾਂ ਸੈਂਟਰ ਸਾਡਾ ਹੱਕ ਨਾ ਦੇਵੇ ਜੇ ਸਾਡੇ ਕੋਲ 13-0 ਹੋ ਗਿਆ। ਸੋ ਇੱਥੋਂ ਖਡੂਰ ਸਾਹਿਬ ਤੋਂ ਤੁਸੀਂ ਸਾਨੂੰ ਪਾਰਲੀਮੈਂਟ 'ਚ ਭੇਜੋ, ਆਪ ਦੇ ਪੁੱਤਾਂ ਨੂੰ ਭੇਜੋ, ਤੁਸੀਂ ਆਪ ਆਓ। ਪਹਿਲਾਂ ਮੈਂ ਸੀ ਪਾਰਲੀਮੈਂਟ 'ਚ, ਤੁਸੀਂ ਉਦੋਂ ਪਹਿਲਾਂ ਵਾਲੇ ਕਦੇ ਬੋਲਦੇ ਦੇਖਿਆ? ਮੈਂ ਜਾ ਕੇ 14 'ਚ ਗਿਆ, 19 'ਚ ਗਿਆ, ਮੈਂ ਇਕੱਲੇ ਹੀ ਸੀ 19 'ਚ, ਤਾਂ ਮੈਂ ਇਕੱਲੇ ਹੀ ਸੀ। ਜਦੋਂ ਮੈਂ ਉੱਠ ਕੇ ਸਪੀਕਰ ਨੂੰ ਕੁਛ ਕਹਿੰਦਾ ਸੀ, ਉਹ ਕਹਿੰਦਾ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ, ਨਹੀਂ ਜੇ ਬੋਲਦਾ ਤਾਂ 2 ਮਿੰਟ ਹੀ ਬੋਲਦਾ, ਜੇ ਇਹਨੂੰ ਟਾਈਮ ਨਾ ਦੇਈਏ 1/2 ਘੰਟਾ ਚੱਲਣ ਨਹੀਂ ਦਿੰਦਾ ਇਹ। ਸੋ ਭਾਈ ਆਪਾਂ ਤਾਂ ਇਹ ਆਹ ਹੱਕਾਂ ਵਾਸਤੇ, ਸੋ ਇਸ ਕਰਕੇ ਮੈਨੂੰ ਮਿਲਦਾ ਸੀ ਟਾਈਮ, ਉੱਥੇ ਟਾਈਮ ਮਿਲਦਾ ਸੀ ਬੋਲਣ ਦਾ, ਮੈਨੂੰ ਪਤਾ ਸਾਰਾ। ਇਸ ਕਰਕੇ ਤੁਸੀਂ ਇੱਥੋਂ ਝਾੜੂ ਨੂੰ ਜਿਤਾਓ, ਤੁਹਾਡੇ MP ਨੂੰ ਕਿਵੇਂ ਹੱਕ ਮੰਗਣੇ ਨੇ ਇਹ ਦੱਸਣ ਦੇ ਪਾਸਵਰਡ ਸਾਰੇ ਮੈਂ ਦੱਸੂ, ਵੀ ਐਂ ਬੋਲਣਾ ਉੱਥੇ, ਐਂ ਕਰੀਦਾ ਹੁੰਦਾ, ਇਹਦੇ ਨਾਲ ਚਾਲੂ ਹੁੰਦੇ ਆ, ਇਹਦੇ ਨਾਲ ਹੁੰਦੇ ਆ।